सत श्री अकाल जी, तुसीं अजीत वैब टीवी देख रहे हो। दोस्तों, मैं हाँ स्वर्ण सिंह टैणा ते हर रोज़ की तरह ही अजीत खबरों का विशेष बुलेटिन लेके हाजिर हाँ। सब तो पहला सुरखियां ते चात। श्री हरिमंदर साहब ते श्री अकाल तख्त साहब पहुंचे अमृतपाल सिंह। RSS मुखी ने कहा हिंदू ग्रंथां दी दुबारा होनी चाहिए समीख्या। भाजपा ने पंजाब दे विच लागू की जा रही शराब नीति की CBI पड़ताल की की मांग। पंजाब विधानसभा के बजट सैशन के पहले दिन हंगामा होया, कांग्रेस ने किया वाकआउट। ते कैम्ब्रिज दे विच बोले राहुल गांधी, भारत विच लोकतंत्र खतरे विच। ते हुण इन्हां खबरां दा विस्तार। ਨੂੰ ਹਰਿਮੰਦਰ ਸਾਹਿਬ ਵਿਖੇ ਤੇ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਪਹੁੰਚੇ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ। ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਫਿਰ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ। ਅੰਮ੍ਰਿਤਪਾਲ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਬਾਰੇ ਕਿਹਾ ਕਿ ਜੇਕਰ ਸਿੱਖਾਂ ਦੀ ਸੁਪਰੀਮ ਕੋਰਟ ਕਿਤੇ ਵੀ ਬੁਲਾਵੇਗੀ ਤਾਂ ਉਹ ਜ਼ਰੂਰ ਜਾਣਗੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣਾ ਪੱਖ ਕਮੇਟੀ ਅੱਗੇ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰਿਮੰਦਰ ਸਾਹਿਬ, ਮੈਨੂੰ ਲੱਗਦਾ ਵੀ ਆਉਣਾ ਹਰ ਸਿੱਖ ਦਾ ਫਰਜ਼ ਹੈ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਸਗਰਾਨਾ ਉਦਨ ਕਰਨ ਆਏ ਸੀ। ਅੱਜ ਫਿਰ ਮੱਥਾ ਟੇਕਣ ਦਾ ਜਿਹੜਾ ਇਰਾਦਾ ਸੀ, ਉਹ ਅੱਜ ਦਰਸ਼ਨ ਮਿਲੇ ਕਰਨ ਆਏ ਗੁਰੂ ਸਾਹਿਬ। ਭਾਈ ਸਾਹਿਬ, ਲਗਾਤਾਰ ਖਦਸ਼ਾ ਜਤਾਇਆ ਜਾ ਰਿਹਾ ਕਿ ਤੁਹਾਨੂੰ ਜਾਨ ਨੂੰ ਖਤਰਾ ਹੈ ਜਾਂ ਕਿਤੇ ਨਾ ਕਿਤੇ ਏਜੰਸੀਆਂ ਲੱਗੀਆਂ ਹੋਈਆਂ। ਦੇਖੋ, ਜਾਨ ਨੂੰ ਖਤਰਾ, ਚਲੋ ਜਿੱਦਣ ਮਹਾਰਾਜ ਨੇ ਉਹ ਕਹਿੰਦੇ ਨਾ ਵੀ ਜਿੱਦਣ ਆਈ ਹੈ ਕਿਸੇ ਦੀ, ਉਹਨੂੰ ਕੋਈ ਰੋਕ ਨਹੀਂ ਸਕਦਾ। ਹੈ ਜਿਸਦਾ ਸਾਹਿਬ ਡਾਢਾ ਹੋਵੇ ਤਾਂ ਉਸ ਨੂੰ ਮਾਰ ਨਾ ਸਕੇ ਕੋਈ, ਜਿਹਦਾ ਸਾਹਿਬ ਡਾਢਾ ਹੈ ਜਿੰਨਾ ਚਿਰ ਸਤਿਗੁਰ ਨੇ ਸਵਾਸ ਲੈ ਕੇ ਉਹਨੇ ਪੂਰੇ ਕਰਨੇ ਆ। ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋਂ ਸਤਿਗੁਰ ਨੂੰ ਹੈਗੀ ਹੈ। ਜਾਨ ਨੂੰ ਖਤਰਾ ਜਿਹੜੀ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਖਤਰਾ ਹੋ ਸਕਦਾ, ਸਾਨੂੰ ਹੋਰ ਕਿਸੇ ਨੇ ਸਾਨੂੰ ਕੀ ਕਰਨਾ। ਅਤੇ ਭਾਈ ਸਾਹਿਬ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋ, ਪਹਿਲਾਂ ਵੀ ਪਹੁੰਚੇ ਸੀ ਅਤੇ ਕਿਤੇ ਨਾ ਕਿਤੇ ਕਾਫੀ ਵਿਵਾਦ ਬਣਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਹਥਿਆਰ ਲੈ ਕੇ ਅੰਦਰ ਪਹੁੰਚੇ ਨੇ ਜਾਂ ਬਾਕੀ ਜਿਹੜੇ ਨਹੀਂ। ਉਹ ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਦੇਖੋ ਆਪਾਂ ਨੂੰ ਗੁਰਦੁਆਰੇ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ। ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਜਿਹੜੀ ਆ ਉਹਦਾ ਮੁਜੱਸਮਾ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਵਾ ਸਾਨੂੰ ਜਿਹੜਾ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਸ਼ਸਤਰਾਂ ਦੇ ਪ੍ਰਕਾਸ਼ ਕੀਤੇ ਨੇ, ਗੁਰੂ ਸਾਹਿਬ ਦੇ ਸਾਹਮਣੇ ਸ਼ਸਤਰਾਂ ਦਾ ਪ੍ਰਕਾਸ਼। ਮੇਰੇ ਖਿਆਲ ਨਾਲ ਇਹ ਖੁਸ਼ੀ ਦੀ ਗੱਲ ਹੈ ਸਿੱਖਾਂ ਵਾਸਤੇ ਵੀ ਅਸੀਂ ਆਪਣੀ ਰਵਾਇਤ ਵੱਲ ਮੋੜ ਰਹੇ ਹਾਂ। ਔਰ ਜਿਹਨੂੰ ਨਹੀਂ ਸਮਝ ਆਉਂਦੀ ਉਹਨੂੰ ਇਹ ਸਮਝਣਾ ਚਾਹੀਦਾ ਵੀ ਸਿੱਖੀ ਇੱਕ ਵੱਖਰਾ ਧਰਮ ਹੈ। ਇਸੇ ਗੱਲ ਦੀ ਤਾਂ ਮੁਸ਼ਕਲ ਹੈ, ਲੋਕ ਸਾਨੂੰ ਡਿਫਾਈਨ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਉਹ 'ਚ ਸਾਰੀ ਪ੍ਰੋਬਲਮ ਖੜੀ ਹੋ ਰਹੀ। ਜਥੇਦਾਰ ਸਾਹਿਬ ਜੀ ਹੋਏ ਤਾਂ ਜ਼ਰੂਰ ਅਸੀਂ ਦਰਸ਼ਨ ਮਿਲਣ ਦਾ ਵੀ ਕਰਾਂਗੇ, ਕਿਉਂਕਿ ਸਾਡਾ ਵਿਸ਼ਾ ਤਾਂ ਵੈਸੇ ਮੱਥਾ ਟੇਕਣ ਦਾ ਹੀ ਆ। ਅਸੀਂ ਅੱਗੇ ਵੀ ਆਉਂਦੇ, ਜਥੇਦਾਰ ਸਾਹਿਬ ਬਹੁਤੀ ਵਾਰ ਇੱਥੇ ਨਹੀਂ ਹੁੰਦੇ ਜੇ ਅੱਜ ਹੋਏ ਤਾਂ ਹੋ ਸਕਦਾ ਮੁਲਾਕਾਤ ਵੀ ਹੋ ਜਾਵੇ। ਭਾਈ ਸਾਹਿਬ, ਕਈ ਰਾਜਸੀ ਪਾਰਟੀਆਂ ਕੀ ਰਾਜਨੀਤਿਕ ਪਾਰਟੀਆਂ ਵੰਗ ਕਰਦੀਆਂ ਨੇ ਕਿ ਜੇ ਅੰਮ੍ਰਿਤਪਾਲ ਸਿੰਘ ਨਹੀਂ ਰਹਿਣਾ ਚਾਹੁੰਦੇ ਇੱਥੇ ਤਾਂ ਉਹਨਾਂ ਨੂੰ ਬਾਹਰ ਭੇਜ ਦਿਓ। ਨਹੀਂ, ਮੈਂ ਪੰਜਾਬ ਦਾ ਵਾਸੀ ਹਾਂ, ਪੰਜਾਬ 'ਚ ਜਿਹਨੇ ਨਹੀਂ ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਬਾਹਰ ਜਾਵੇ ਇੱਥੋਂ। ਅਸੀਂ ਕਿਉਂ ਬਾਹਰ ਜਾਈਏ, ਸਾਡੀ ਧਰਤੀ ਹੈ। ਅਸੀਂ ਹੁਣ ਇੱਥੇ ਕਾਗਜ਼ਾਂ ਪੱਤਰਾਂ ਕਰਕੇ ਥੋੜ੍ਹੀ ਸਾਡੀ ਧਰਤੀ, ਸਾਡੇ ਪੁਰਖਿਆਂ ਲਹੂ ਡੋਲਿਆ, ਉਹ ਤੋਂ ਵੱਡਾ ਕਿਹੜਾ ਕਾਗਜ਼ ਹੁੰਦਾ। ਸੋ ਜਿਹਨੂੰ ਤੰਗੀ ਹੋ ਜਾਵੇ ਬਾਹਰ, ਅਸੀਂ ਕਿੱਥੋਂ ਜਾਣਾ। ਜਾਂਚ ਕਮੇਟੀ 16 ਮੈਂਬਰੀ ਬਣੀ ਆ, ਉਹ ਮੈਂਬਰੀ 6 ਤਰੀਕ ਨੂੰ ਹੁਣ ਜਵਾਬ ਦੇਗੀ ਆਪਣੇ ਲਿਖਤੀ ਕੇਸਗੜ੍ਹ ਸਾਹਿਬ ਦੇ ਵਿਖੇ। ਜੇ ਤੁਹਾਨੂੰ ਬੁਲਾਇਆ ਜਾਏਗਾ ਜਾਓਗੇ ਉੱਥੇ? ਜੀ ਬਿਲਕੁਲ ਜੀ, ਜੇ ਅਕਾਲ ਤਖਤ ਸਾਹਿਬ ਕਿਤੇ ਵੀ ਬੁਲਾਉਣਗੇ ਆਪਾਂ ਜਾਵਾਂਗੇ। ਆਪਾਂ ਅਕਾਲ ਤਖਤ ਸਾਹਿਬ ਤੋਂ ਭਗੌੜੇ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਅਸੀਂ ਸਿਧਾਂਤਕ ਤੌਰ 'ਤੇ ਜੇ ਸਾਨੂੰ ਕੋਈ ਗਲਤ ਸਾਬਤ ਕਰ ਦੇਵੇ ਤਾਂ ਅਸੀਂ ਨਿਵੇਂ ਹੋਣ ਨੂੰ ਤਿਆਰ ਹਾਂ, ਪਰ ਉਹ ਸਾਨੂੰ ਸਤਿਗੁਰ 'ਤੇ ਭਰੋਸਾ ਹੈ। ਗੁਰੂ ਸਾਹਿਬ ਪੱਕ ਉਹੀ ਰਹੇਗਾ ਕਿ ਤੁਸੀਂ ਜਦੋਂ ਸ਼ੁਰੂ ਜੋ ਪੱਖ ਜੋ ਦੇਖੋ ਮਰਿਆਦਾ ਦੇ ਤਹਿਤ ਜੋ ਕੁਝ ਹੈ ਉਹ ਪਿੱਛੇ ਸਾਡੇ ਕੋਲ ਇਤਿਹਾਸਕ ਹਵਾਲੇ ਨੇ, ਸੰਤ ਕਰਤਾਰ ਸਿੰਘ ਤੋਂ ਲੈ ਕੇ ਵਰਲਡ ਵਾਰਾਂ ਦੇ ਵਿੱਚ ਜੋ ਕੁਝ ਹੋਇਆ ਸਾਰਾ ਸਾਡੇ ਕੋਲ ਹਵਾਲੇ ਨੇ। ਸੋ ਇਸ ਕਰਕੇ ਅਸੀਂ ਆਪਣਾ ਪੱਖ ਰੱਖਾਂਗੇ, ਉਹ ਆਪਣਾ ਰੱਖਣਗੇ। ਮਤਲਬ ਕਿਤੇ ਗੱਡੀ ਬੀਜੇਪੀ ਕਿਸੇ ਆਗੂ ਦੀ ਸਮਰਥਕ? ਉਹ ਮੇਰੇ ਖਿਆਲ ਨਾਲ ਕਲੀਅਰ ਹੋ ਗਿਆ, ਤੁਸੀਂ ਮੀਡੀਆ ਇਨਵੈਸਟੀਗੇਟ ਕੀਤਾ, ਉਹਨੇ ਵੀ ਕਹਿਤਾ, ਮੈਂ ਏਜੰਸੀ ਨੂੰ ਵੇਚੀ ਸੀ, ਏਜੰਸੀ ਤੋਂ ਅੱਗੇ ਜਿਹਨੇ ਖਰੀਦੀ ਉਹਨੇ ਵੀ ਸਾਹਮਣੇ ਆਣ ਕੇ ਕਹਿਤਾ। ਮੈਨੂੰ ਲੱਗਦਾ ਵੀ ਇਹ ਬਹੁਤ ਛੋਟੇ ਕਿਸਮ ਦੇ ਵਿਵਾਦ ਹੈ। ਗੱਡੀ ਕਿੰਨੇ ਖਰੀਦੀ, ਕਿਹਨੂੰ ਵੇਚੀ ਹੈ? ਗੱਡੀ ਪੰਥ ਦੀ ਹੈ, ਪੰਥ ਨੇ ਗੱਡੀ ਸਾਨੂੰ ਕਿਹਾ ਵੀ ਚਲੋ ਜਿੰਨਾ ਚਿਰ ਉਹ ਨਹੀਂ ਭਰਾ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਇਹਨੂੰ ਵਰਤੀ ਜਾਓ। ਸੋ ਮੈਨੂੰ ਐਂ ਲੱਗਦਾ ਵੀ ਸਾਨੂੰ ਇਹਨਾਂ ਗੱਲਾਂ ਵਿਵਾਦਾਂ 'ਚ ਮੀਡੀਆ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ, ਜਿਹੜਾ ਕੀਤਾ ਹੋਇਆ ਉਹਨੂੰ ਤੁਹਾਨੂੰ ਖਤਮ ਵੀ ਕਰਨਾ ਚਾਹੀਦਾ ਇਸ ਵਿਵਾਦ ਨੂੰ ਵੀ। ਤੁਸੀਂ ਆਲਰੇਡੀ ਮੈਨੂੰ ਪਤਾ ਹੈ ਸਾਰੇ ਚੈਨਲ ਨੇ ਤਕਰੀਬਨ ਉਹਦੀ ਜਾਂਚ ਕੀਤੀ ਹੋਈ ਹੈ ਵੀ ਕਿੱਥੋਂ ਗੱਡੀ ਆਈ, ਕਿਵੇਂ ਆਈ। ਤਾਂ ਉਹਦੇ 'ਚ ਮੈਨੂੰ ਲੱਗਦਾ ਵੀ ਕੇਂਦਰ ਕਹਿੰਦੀ ਹੈ ਕਿ ਮੁੱਖ ਮੰਤਰੀ ਮਿਲੇ ਨੇ ਬੀਤੇ ਕੱਲ੍ਹ, ਕਾਫੀ ਮਾਮਲਾ ਵੇਖਿਆ ਗਿਆ ਚਾਰ-ਪੰਜ ਦਾ ਚੰਦ ਰਹੇ ਹੋਏ ਕਿ ਨਾਲੇ ਵੇਖੇ ਜੋ ਘਟਨਾ ਹੋਈ ਉਸ ਨੂੰ ਲੈ ਕੇ ਏਜੰਸੀਆਂ ਕੇਂਦਰ ਅਤੇ ਪੰਜਾਬ ਦੀਆਂ ਸੂਬੇ ਦੇ ਇਕੱਠੀ ਹੋਈਆਂ। ਚੰਗੀ ਗੱਲ, ਉਹਨੂੰ ਇਕੱਠੇ ਹੋਣਾ ਚਾਹੀਦਾ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੇ ਇਕੱਠੇ ਹੋ ਕੇ ਨਸ਼ਾ ਖਤਮ ਕਰਦੇ ਹਨ ਤਾਂ ਚੰਗੀ ਗੱਲ। ਪੰਜਾਬ ਦੇ ਵਿੱਚ ਜੇ ਕੋਈ ਨਸ਼ਾ ਖਤਮ ਹੁੰਦਾ, ਪੰਜਾਬ ਦੀ ਜੇ ਕੋਈ ਪਾਣੀਆਂ ਦੀ ਮੰਗ, ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੋਣੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਵੀ, ਅਤੇ ਜੇ ਇਹਨਾਂ ਵਧੀਆ ਦੀ ਗੱਲ ਹੁੰਦੀ, ਵਧੀਆ ਗੱਲ ਕੇਂਦਰ ਅਤੇ ਪੰਜਾਬ ਰਲ ਕੇ ਕੰਮ ਕਰਨ। ਦੇਖੋ, ਜਿਹੜੇ ਸਾਡੇ ਵਿਰੋਧੀ ਹਨ ਰਾਜਨੀਤਿਕ ਤੌਰ 'ਤੇ, ਉਹਨਾਂ ਨੇ ਕੁਛ ਨਾ ਕੁਛ ਕਹਿਣਾ, ਉਹਨਾਂ ਦੀ ਗੱਲਾਂ ਨੂੰ ਬਹੁਤ ਸੀਰੀਅਸ ਲੈ। ਇੱਕ ਦਿੱਲੀ ਦੇ ਵਕੀਲ ਨੇ ਜਿੰਦਲ, ਉਹ ਵੀ ਮੈਨੂੰ ਲੱਗਦਾ ਵੀ ਮਸਲਾ ਮੈਨੂੰ ਅੱਤਵਾਦੀ ਐਲਾਨੋ, ਅਤੇ ਕੋਈ ਨਹੀਂ ਉਹਨੂੰ ਕਿ ਤੂੰ ਕਹਿਣਾ ਸ਼ੁਰੂ ਕਰ ਦੇ, ਮੀਡੀਆ ਕਹਿ ਰਿਹਾ ਕਈ ਨੈਸ਼ਨਲ ਮੀਡੀਆ। ਸੋ ਇੱਦਾਂ ਐਲਾਨਿਆ ਤਾਂ ਫਿਰ ਉਹ ਸੰਤਾਂ ਵਾਲੀ ਗੱਲ ਹੋ ਜਾਂਦੀ ਹੈ ਵੀ ਅੱਤਵਾਦੀ ਜੇ ਨਸ਼ੇ ਛਡਾਉਣ ਵਾਲੇ ਅੱਤਵਾਦੀ ਹੈ ਤਾਂ ਫਿਰ ਕੋਈ ਗੱਲ ਨਹੀਂ, ਸਾਨੂੰ ਲਾ ਦਿਓ ਤੁਸੀਂ ਅੱਤਵਾਦੀ। ਠੀਕ ਹੈ।
सैशन की शुरुआत राज्यपाल के भाषण नाल हुई। पंजाब के राज्यपाल बनवारी लाल पुरोहित साहब ने सरकार ने प्रस्तावित कामों बारे जानकारी दी, पर इस तो पहला ही विरोधी पार्टियां ने पंजाब नाल जुड़े कई मुद्दों के उत्ते हंगामा शुरू कर दिता। इस तो बाद पंजाब कांग्रेस के विधायक वाकआउट करके सदन में चले गए। पंजाब के मुख्यमंत्री भगवंत मान समेत आम आदमी पार्टी के सारे 92 विधायक विधानसभा में मौजूद रहे। पंजाब विधानसभा का बजट सैशन 24 मार्च तक चलेगा। इस ही पिछले समय दौरान विछड़ियां शख्सियतों को श्रद्धांजलि देने तो बाद पंजाब विधानसभा की कार्रवाई सोमवार तक मुलतवी कर दी गई। बाहर आए आगुआ ने सरकार के उत्ते जम के निशाने वेने। इस दे नाल ही पंजाब के विरोधी धर नेता प्रताप सिंह बाजवा का बयान सामने आया, जिस विच उन्होंने कहा कि असी राजपाल के संबोधन के उत्ते इतराज प्रगटाया क्योंकि राज सरकार राजपाल नूं अपना मुखी नहीं मनदी, तां उह भाषण विच मेरी सरकार शब्द की वरतों किवें कर रहे ने। ਤੁਸੀਂ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਉੱਥੇ ਗੁਰਦਾਸਪੁਰ ਬੋਲਦੇ ਕਿਹਾ ਸੀ ਕਿ ਲਾਅ ਐਂਡ ਆਰਡਰ ਦੀਆਂ ਤੱਜੀਆਂ ਉੱਡ ਗਈਆਂ ਨੇ, ਕਿ ਇਹਦੇ 'ਚ ਲਾਅ ਐਂਡ ਆਰਡਰ ਬਾਰੇ ਤੁਹਾਡੇ ਸਵਾਲ ਹੈਗੇ ਨੇ ਜਾਂ ਤੁਹਾਡੇ ਵੱਲੋਂ ਜੋ ਕੋਈ ਲਿਖਿਆ ਜਿਹੜੀ ਤੁਸੀਂ ਅਪਰੂਵ ਕੀਤਾ ਆਪਣਾ ਭਾਸ਼ਣ ਉਹਦੇ ਵਿੱਚ ਕਿਉਂ ਨਹੀਂ ਐਡ ਕੀਤਾ ਗਿਆ ਜੋ ਤੁਸੀਂ ਬਾਹਰ ਗੱਲਾਂ ਕੀਤੀਆਂ ਨੇ ਜਾਂ ਜਿਸ ਵੇਲੇ ਤੁਹਾਡੇ ਨਾਲ ਚੀਫ ਸੈਕਟਰੀ ਔਰ DGP ਤੁਹਾਡੇ ਨਾਲ ਬੈਠੇ ਨੇ ਉਹ ਜਿਹੜੀਆਂ ਗੱਲਾਂ ਨੇ ਉਹ ਵੀ ਵਿੱਚ ਆਉਣੀਆਂ ਚਾਹੀਦੀਆਂ ਨੇ ਕਿ ਜੋ ਪੰਜਾਬ ਦੇ ਹਾਲਾਤ ਨੇ ਜੋ ਲਾਅ ਐਂਡ ਆਰਡਰ ਦੇ ਉੱਤੇ ਕੀ ਤੁਸੀਂ ਵੇਖੋਗੇ ਸਾਡੇ ਕੋਲ ਪਏ ਨੇ ਉਹਦੇ ਵਿੱਚ ਬਹੁਤ ਛੋਟਾ ਜਿਹਾ ਲਾਅ ਐਂਡ ਆਰਡਰ ਬਾਰੇ ਦੱਸਿਆ ਗਿਆ। ਪੰਜਾਬ ਦੇ ਵਿੱਚ ਗੈਂਗਸਟਰ ਐਕਸਟੋਰਸ਼ਨ, ਜੇਲ੍ਹਾਂ ਦੇ ਵਿੱਚ ਕਤਲ, ਜੇਲ੍ਹਾਂ ਦੇ ਵਿੱਚੋਂ ਜਿਹੜੀ ਇੱਕ ਡੈਰੋਗੇਟਰੀ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਨੂੰ ਜੇ ਉਹਨਾਂ ਦੇ ਬਾਰੇ ਸਾਰੀ ਗੱਲ ਕੀਤੀ। ਇਹਦੇ 'ਤੇ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇਹ ਚੀਜ਼ਾਂ ਹੀ ਹੈ ਨਹੀਂ ਤਾਂ ਤੁਹਾਨੂੰ ਇਹ ਗਵਰਨਰ ਵੀ ਨਹੀਂ ਮੰਨਦੇ ਤੇ ਫਿਰ ਸਾਡਾ ਇੱਥੇ ਬੈਠਣ ਦਾ ਕੋਈ ਮਤਲਬ ਨਹੀਂ। ਜੇਲ੍ਹ ਮੰਤਰੀ ਪਿਛਲੇ ਦਿਨ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਕਿ ਜੇਲ੍ਹ ਦੇ ਵਿੱਚ ਫੋਨ ਆ ਤਾਂ ਸਕਦਾ ਪਰ ਚੱਲ ਨਹੀਂ ਸਕਦਾ, ਕਹਿੰਦੇ ਇਦਾਂ ਦਾ ਪ੍ਰਬੰਧ ਜਿਹੜਾ ਸਾਰੀਆਂ ਜੇਲ੍ਹਾਂ ਦੇ ਵਿੱਚ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਅਸੀਂ ਕਰ ਰਹੇ ਹਾਂ। ਮੇਰਾ ਖਿਆਲ ਹੈ ਕਿ ਬਹੁਤ ਦੂਰ ਦੀਆਂ ਗੱਲਾਂ ਕਰਦੇ ਨੇ। ਅਜੇ ਤੱਕ ਪੰਜਾਬ ਦੇ ਵਿੱਚ ਮੈਂ ਇੱਕੋ ਜੇਲ੍ਹ ਦਾ ਐਕਸਪੈਰੀਮੈਂਟ ਕੀਤਾ ਸੀ, ਬਠਿੰਡਾ ਜੇਲ੍ਹ ਦਾ। ਉੱਥੇ IB ਦੇ ਨਾਲ ਰਲ ਕੇ GMR ਦਾ ਪ੍ਰੋਵੀਜ਼ਨ ਕੀਤੀ ਸੀ, ਅਜੇ ਇੱਕ ਜੇਲ੍ਹ ਆ। ਬਾਕੀ ਇਹ ਇਹਨਾਂ ਕੋਲ ਕੱਟੜ ਇਮਾਨਦਾਰ ਨੇ, ਕਿਤੇ ਵੀ ਉੱਥੇ ਲਾ ਕੇ ਜੈਮ ਵੀ ਕਰ ਸਕਦੇ ਆ ਅਤੇ ਕਿਤੇ ਖੋਲ੍ਹ ਵੀ ਸਕਦੇ ਆ। ਮੇਰੇ ਖਿਆਲ ਉੱਦਾਂ ਤਾਂ ਹੋ ਸਕਦਾ, ਅੰਦਰ ਜਾਂਦੇ ਆ ਅਤੇ ਬਾਹਰ ਨਹੀਂ ਆਉਂਦੇ, ਠੀਕ ਨਹੀਂ? ਇਹ ਨਵਾਂ ਕੁਐਸਚਨ ਕਰ ਦਿੱਤਾ। ਕੱਟੜ ਇਮਾਨਦਾਰ ਸਰਕਾਰ ਦੇ ਦੋ ਮੰਤਰੀ ਜਿਹੜੇ ਨੇ ਜੇਲ੍ਹ ਦੇ ਵਿੱਚ ਨੇ, ਮਨੀਸ਼ ਸਿਸੋਦੀਆ ਅਤੇ ਸ਼ਰਾਬ ਦੀ ਨੀਤੀ ਨੂੰ ਲੈ ਕੇ। ਦੇਖੋ ਗੱਲ ਸੁਣੋ, ਇਹ ਸ਼ਰਾਬ 'ਚ ਮੰਤਰੀ ਅੰਦਰ ਜਾਂਦਾ, ਟਵੀਟ ਉਹਦੇ ਆਉਂਦੇ ਨੇ ਕਿ ਮਨ ਨੂੰ ਬੜਾ ਦੁੱਖ ਲੱਗਾ, ਭੈਣ ਜੀ ਸਾਡੇ ਬਿਮਾਰ ਨੇ। ਇਹ ਆਉਂਦਾ ਕਿ ਬੱਚਿਓ, ਇਹ ਮੰਤਰੀ ਜੀ ਦਾ ਫਿਕਰ ਨਾ ਕਰਨਾ, ਚੰਗੀ ਤਰ੍ਹਾਂ ਪੜ੍ਹਾਈ ਕਰਦੀ, ਦਿਲ ਲਗਾ ਕੇ ਪੜ੍ਹਾਈ ਕਰਨੀ। ਉਹ ਜਲਦੀ ਬਾਹਰ ਆ ਰਹੇ ਨੇ, ਬਾਜ਼ਾਰ ਗਿਆ ਤਾਂ ਸ਼ਰਾਬ ਵਾਲੇ ਕੰਮਾਂ 'ਚ, ਅਤੇ ਐਜੂਕੇਸ਼ਨ ਦਾ ਉਹਦੇ ਨਾਲ ਕੀ ਆ? ਇਹ ਨਰੇਟਿਵ ਚੇਂਜ ਕਰਦੇ ਨੇ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੜੇ ਧਿਆਨ ਨਾਲ ਆਉਣਾ ਦੇਖਣਾ ਪਏਗਾ। ਪੰਜਾਬ ਦੇ ਵਿੱਚ ਸਰਾਰੀ ਗਿਆ, ਪਹਿਲਾਂ ਗਿਆ, ਹੱਥ ਜਾ ਕੇ ਪੈਸੇ ਲੈਂਦਾ, ਉਹਦੀ ਸਟਿੰਗ ਓਪਰੇਸ਼ਨ ਹੀ ਹੋ ਗਿਆ, ਤੇ ਕੱਟੜ ਇਮਾਨਦਾਰਤਾ ਦਾ ਤੇ ਇਥੋਂ ਪਤਾ ਚੱਲਦਾ। ਵੇਖੋ, ਜਿਹੜੇ ਦੋਨਾਂ ਦਾ ਮਰਨਾ ਐਵੀਡੈਂਸ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਬੜੀ ਵੱਡੀ ਗੱਲ ਆ। ਅਤੇ ਜਿਹੜੀ ਗਵਰਨਮੈਂਟ ਆਪ ਹੀ ਸੀਰੀਅਸ ਨਾ ਹੋਵੇ। RSS ਮੁਖੀ ਮੋਹਨ ਭਗਵਤ ਨੇ ਹਿੰਦੂ ਧਰਮ ਗ੍ਰੰਥਾਂ ਦੀ ਮੁੜ ਜਾਂਚ ਕਰਨ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਪਹਿਲਾਂ ਧਰਮ ਗ੍ਰੰਥ ਨਹੀਂ ਸਨ, ਸਾਡਾ ਧਰਮ ਮੌਖਿਕ ਪਰੰਪਰਾ ਰਾਹੀਂ ਚੱਲ ਰਿਹਾ ਸੀ। ਉਹਨਾਂ ਕਿਹਾ ਕਿ ਗ੍ਰੰਥਾਂ ਅਤੇ ਪਰੰਪਰਾਵਾਂ ਦੇ ਗਿਆਨ ਦੀ ਇੱਕ ਵਾਰ ਫਿਰ ਸਮੀਖਿਆ ਕਰਨ ਦੀ ਲੋੜ ਹੈ। ਭਗਵਤ ਦਾ ਇਹ ਬਿਆਨ ਨਾਗਪੁਰ ਦੇ ਕਨਹੋਲੀਵਾੜਾ ਵਿਖੇ ਆਰੀਆ ਭੱਟ ਐਸਟ੍ਰੋਨੋਮੀ ਪਾਰਕ ਦੇ ਉਦਘਾਟਨ ਦੌਰਾਨ ਸਾਹਮਣੇ ਆਇਆ। ਭਗਵਤ ਨੇ ਕਿਹਾ, ਸਾਡੇ ਕੋਲ ਵੀ ਵਿਗਿਆਨਕ ਪਹੁੰਚ ਸੀ ਜਿਸ ਦੇ ਆਧਾਰ ਦੇ ਉੱਤੇ ਅਸੀਂ ਚੱਲਦੇ ਸਾਂ, ਪਰ ਵਿਦੇਸ਼ੀ ਹਮਲਿਆਂ ਕਰਕੇ ਸਾਡੀ ਪ੍ਰਣਾਲੀ ਤਬਾਹ ਹੋ ਗਈ, ਸਾਡੀ ਗਿਆਨ ਦੀ ਪਰੰਪਰਾ ਟੁੱਟ ਗਈ, ਅਸੀਂ ਬਹੁਤ ਅਸਥਿਰ ਹੋ ਗਏ ਹਾਂ। ਲਈ ਉਪਯੋਗ ਕਰੋ, ਇਹ ਚੋਇਸ ਤੋਂ ਹਮਾਰਾ ਹੈ, ਇਹ ਚੋਇਸ ਸਿਖਾਣ ਵਾਲਾ ਧਰਮ ਹੈ, ਸੰਤੁਲਨ ਦੇਣ ਵਾਲਾ ਧਰਮ ਹੈ। ਤੋ ਹਮਾਰਾ ਧਰਮ ਇਹ ਵਿਜ੍ਞਾਨ ਕੇ ਅਨੁਸਾਰ ਚਲਤਾ ਹੈ, ਔਰ ਵਿਜ੍ਞਾਨ ਕੋ ਮਨੁਸ਼ਯ ਕੇ ਲਈ ਲਾਭਕਾਰੀ ਹੋਣੇ ਕੇ ਲਈ ਉਸ ਧਰਮ ਕੀ ਆਵਸ਼ਕਤਾ ਹੈ, ਔਰ ਇਸ ਲਈ ਇਹ ਵਿਜ੍ਞਾਨ ਸਾਹਮਣੇ ਲਾਣਾ ਹਮਾਰੀ ਪਰੰਪਰਾਓ ਮੇ ਹਰ ਵਿਸ਼ੇ ਮੇ ਦੁਨੀਆ ਕੇ ਅਨਵੇਸ਼ਣ ਕੇ ਹਮਾਰੇ ਪਾਸ ਹਮਾਰੇ ਪੂਰਵਜੋ ਕਾ ਕੀਆ ਕੁਛ ਨਾ ਕੁਛ ਹੈ। ਅਬ ਵੋ ਪਰੰਪਰਾ ਸੇ ਚਲਤੇ ਆਇਆ, ਪਹਿਲੇ ਹਮਾਰੇ ਯਹਾਂ ਗ੍ਰੰਥ ਨਹੀਂ ਥੇ, ਮੌਖਿਕ ਪਰੰਪਰਾ ਸੇ ਚਲਾ, ਬਾਅਦ ਮੇ ਗ੍ਰੰਥ ਹੁਏ, ਵੋ ਗ੍ਰੰਥ ਇਧਰ ਸੇ ਉਧਰ ਚਲੇ ਗਏ, ਫਿਰ ਬਾਅਦ ਮੇ ਸਵਾਰਥੀ ਲੋਕ ਵੀ ਘੁਸ ਗਏ, ਉਹਨਾਂ ਨੇ ਗ੍ਰੰਥੇ ਮੇ ਕੁਛ ਕੁਛ ਘੁਸਾ ਦਿਆ ਜੋ ਬਿਲਕੁਲ ਗਲਤ ਹੈ।
तो उन ग्रंथों की उस परंपरा के ज्ञान की फिर एक बार समीक्षा आवश्यक है। समीक्षा के बाद जो इस कसौटी पर टिकेगा कि वो विज्ञान है और धर्म है दोनों, वो विज्ञान है और लाभकारक ज्ञान है, उससे मनुष्य जाति का लाभ हो सकता है, उसके लिए आवश्यक एक अनुशासन है, उस अनुशासन से ही तो उस विज्ञान को लोगों के सामने अपने को लाना पड़ेगा। ਪੰਜਾਬ ਸਰਕਾਰ ਵੱਲੋਂ ਜੋ ਸ਼ਰਾਬ ਨੀਤੀ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਆ ਉਸ ਵਿੱਚ CBI ਜਾਂਚ ਕਰਾਉਣ ਦੇ ਲਈ ਭਾਜਪਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਵਿੱਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬਾਬਾ ਸਾਹਿਬ ਅੰਬੇਡਕਰ ਪਾਰਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸ਼ਰਾਬ ਦੀ ਗਲਤ ਨੀਤੀ ਦੇ ਖਿਲਾਫ਼ ਦਿੱਲੀ ਵਿੱਚ CBI ਤਰਫੋਂ ਡਿਪਟੀ CM ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਉਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਉਹ ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਸਾਈ ਪਾਲਿਸੀ ਲਾਗੂ ਕੀਤੀ ਸੀ ਉਸ ਪਾਲਿਸੀ ਨੂੰ ਲਾਗੂ ਕਰਨ ਵਾਲਾ ਆਬਾਕਾਰੀ ਮੰਤਰੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਦੇ ਤੇ 1000 ਕਰੋੜ ਰੁਪਇਆ ਜਿਹੜਾ ਹੈਗਾ ਸਰਕਾਰ ਦੇ ਪੈਸੇ ਦੇ ਗਬਨ ਦਾ ਦੋਸ਼ ਹੈ ਔਰ ਜਿਹੜੀ ਹੈਗੀ ਆ ਉਹਦਾ ਰਿਮਾਂਡ ਮਿਲ ਚੁੱਕਿਆ ਹੈ ਔਰ ਜਿਨ੍ਹਾਂ ਲੋਕਾਂ ਤੋਂ ਪੈਸੇ ਲਏ ਗਏ ਹੈ ਉਹਨਾਂ ਨੇ ਆਪਣੇ ਬਿਆਨ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾ ਦਿੱਤੇ ਹੈ ਔਰ ਸਾਰਾ ਜਿਹੜਾ ਘੁਟਾਲਾ ਹੈ ਉਹ ਉਜਾਗਰ ਹੋ ਚੁੱਕਿਆ ਹੈ। ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਲਾਗੂ ਕੀਤੀ ਹੈ ਔਰ ਜਿਹੜੀ ਪਾਲਿਸੀ ਨੂੰ ਦਿੱਲੀ ਸਰਕਾਰ ਨੇ 7000 ਕਰੋੜ ਰੁਪਏ ਰੈਵਨਿਊ ਆਉਣਾ ਸੀ ਉੱਥੇ 300 ਤੋਂ ਵੀ ਰੈਵਨਿਊ ਖਤਮ ਹੋ ਗਿਆ ਉਹ ਪਾਲਿਸੀ ਵਾਪਸ ਲੈ ਲਈ ਆ ਉਹਨਾਂ ਨੇ ਆਪ ਵੀ ਲਾਗੂ ਕਰਨ ਵਾਲੇ ਆਪ ਵੀ ਕਰੋੜਾਂ ਰੁਪਈਏ ਨਾਲ ਠੱਗੀ ਕਰਨ ਵਾਲੇ ਉਸੇ ਪਾਲਿਸੀ ਨੂੰ ਵਾਪਸ ਕਰਕੇ ਉਹਨੂੰ ਮੰਨਿਆ ਗਿਆ ਕਿ ਗਲਤ ਪਾਲਿਸੀ ਹੈ ਉਹੀ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਕੀਤੀ ਹੈ। ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਕਰਕੇ ਰਾਜਪਾਲ ਸਾਹਿਬ ਨੂੰ ਇੱਕ ਮੈਮੋਰੰਡਮ ਦੇ ਰਹੀ ਹੈ ਤਾਂ ਕਿ ਜਿਹੜੀ ਉਹ ਪਾਲਿਸੀ ਦੀ ਇਨਕੁਆਇਰੀ ਹੋ ਕੇ ਜਿਹੜੀ ਹੈਗੀ ਹੈ ਜਿਹੜਾ ਘੁਟਾਲਾ ਹੋਇਆ ਉਹ ਉਜਾਗਰ ਹੋ ਸਕੇ ਜਿਹੜਾ ਖੁਰਦ ਬੁਰਦ ਪੈਸਾ ਉਹ ਇਕੱਠਾ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਵੇ ਅਤੇ ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਉਹਨਾਂ 'ਤੇ ਕਾਰਵਾਈ ਤੁਸੀਂ ਇਹ ਗੱਲ ਦੇਖ ਸਕਦੇ ਹੋ ਕਿ ਕੱਟੜ ਇਮਾਨਦਾਰ ਸਰਕਾਰ ਹੈ ਜਿਹੜੀ ਨਾਰਾ ਆਇਆ ਸੀ ਉਹ ਕੱਟੜ ਬੇਈਮਾਨ ਸਾਬਤ ਹੋ ਗਈ। ਇਹਨਾਂ ਦੇ ਮੰਤਰੀ ਵੀ ਅੰਦਰ ਹੈ ਇਹਨਾਂ ਦੇ ਜਿਹੜੇ ਹੈਗੇ ਵਿਧਾਇਕ ਵੀ ਅੰਦਰ ਹੈ ਆਹ ਬਠਿੰਡੇ ਦਿਹਾਤੀ ਦਾ ਵਿਧਾਇਕ ਅੰਦਰ ਹੈ ਜਿਹਦੇ 'ਤੇ ਲੱਖਾਂ ਰੁਪਇਆ ਰਿਸ਼ਵਤ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਉਹਦੇ ਨਾਲ ਨਾਲ ਹਰ ਖਜ਼ਾਨੇ ਦੇ ਵਿੱਚ ਹਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਸੇ ਤਰ੍ਹਾਂ ਜਿਹੜਾ ਹੈ ਕਰਪਸ਼ਨ ਦਾ ਵੱਡਾ ਬੋਲਬਾਲਾ ਹੈ। ਇਹ ਕੱਟੜ ਇਮਾਨਦਾਰ ਨਹੀਂ ਕੱਟੜ ਬੇਈਮਾਨ ਸਰਕਾਰ ਜਿਹੜੀ ਸਾਬਤ ਹੋ ਚੁੱਕੀ ਵਿਜੀਲੈਂਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਪਰ ਸਰਕਾਰ ਵੱਲੋਂ ਉਹਨਾਂ ਦੇ ਕੋਈ ਐਕਸ਼ਨ ਨਹੀਂ ਲਿਆ ਗਿਆ। ਮੈਂ ਨਿੰਦਾ ਕਰਦਾ ਇਸ ਗੱਲ ਮੈਂ ਨਿੰਦਾ ਕਰਦਾ ਕਿ ਉਹ ਵਿਜੀਲੈਂਸ ਦੀ ਕਾਰਵਾਈ ਮਜਬੂਰ ਪਹਿਲਾਂ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਗਈ ਫਿਰ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਜਦੋਂ ਉਹਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਵੀਡੀਓ ਤੋਂ ਜਿਹੜੀ ਉਹਨਾਂ ਨੂੰ ਅੰਦਰ ਕਰਨਾ ਪਿਆ ਅਤੇ ਅੱਜ ਉਹ ਮਜਬੂਰੀ ਸੀ ਸਰਕਾਰ ਦੀ ਅਤੇ ਜਿਹੜੀ ਕਾਰਵਾਈ ਨਾ ਕਰਨਾ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਇਹਨਾਂ ਦੀ ਜਿਹੜੇ ਉੱਪਰਲੇ ਲੋਕ ਦੇ ਵਿੱਚ ਮਿਲੇ ਹੋਏ ਆ ਤਾਂ ਜੋ ਜਿਹੜੇ ਆਪਦੇ ਡਰ ਦੇ ਕਾਰਨ ਉਹਨਾਂ 'ਤੇ ਕਾਰਵਾਈ ਨਹੀਂ ਕਰਨ। ਫੌਜਾ ਸਿੰਘ ਸਰਾਰੀ ਸੀਗਾ ਜੀ ਉਹਨਾਂ ਤੋਂ ਸਿਰਫ ਰਿਜ਼ਾਈਨ ਲਿਆ ਗਿਆ ਹੈਗਾ ਮੈਂ ਕਹਿੰਦਾ ਕਿ ਉਹ ਸਲਾਰੀ ਸਾਹਿਬ ਨੂੰ ਪਰਚਾ ਦੇ ਕੇ ਅੰਦਰ ਕਰਨਾ ਚਾਹੀਦਾ ਕਿਉਂਕਿ ਉਹ ਬੜੀ ਕਲੀਅਰ ਹੈ। ਇਹਨਾਂ ਨੇ ਜੋ ਵਿਜੇ ਸਿੰਘ ਨੇ ਅੰਦਰ ਕੀਤਾ ਸੀ ਤਾਂ ਇਕੱਲੀ ਟੇਪ ਤੇ ਕੀਤਾ ਸੀ ਇਕੱਲੀ ਆਵਾਜ਼ ਤੇ ਕੀਤਾ ਸੀ ਤੇ ਸਲਾਰੀ ਦੀ ਤਾਂ ਪੂਰੇ ਦਲਾਂ ਨਾਲ ਵੀ ਗੱਲ ਹੋ ਚੁੱਕੀ ਹੈ ਤਾਂ ਇਹਨੂੰ ਨਾਲ ਦੀ ਨਾਲ ਇਹਨੂੰ ਪਰਚਾ ਦੇਣਾ ਚਾਹੀਦਾ ਸੀਗਾ ਪਰ ਸਾਨੂੰ ਪਤਾ ਨਹੀਂ ਕਿਉਂ ਇਹ ਲੋਕ ਕਾਰਵਾਈ ਤੋਂ ਡਰਦੇ ਆ ਸ਼ਾਇਦ ਉੱਪਰ ਤੱਕ ਦੇ ਮਤਲਬ ਜਿਹੜਾ ਹੈਗਾ ਉਹ ਤਾਰ ਜੁੜੇ ਹੋਏ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੱਤਾ। ਇਸ ਦੌਰਾਨ ਰਾਹੁਲ ਨੇ ਭਾਰਤ ਵਿੱਚ ਵਿਰੋਧੀ ਪਾਰਟੀਆਂ ਨੇਤਾਵਾਂ ਅਤੇ ਲੋਕਤੰਤਰਕ ਸੰਸਥਾਵਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਰਾਹੁਲ ਨੇ ਕਿਹਾ ਮੇਰਾ ਫੋਨ ਖੋਹ ਲਿਆ ਗਿਆ ਵਿਰੋਧੀ ਧਿਰ ਦੇ ਖਿਲਾਫ਼ ਕੇਸ ਦਰਜ ਕੀਤੇ ਗਏ। ਭਾਰਤ ਵਿੱਚ ਇੱਕ ਵਿਰੋਧੀ ਧਿਰ ਦੇ ਨੇਤਾ ਵਜੋਂ ਇਹ ਇੱਕ ਅਜਿਹਾ ਦਬਾਅ ਹੈ ਜਿਸ ਦਾ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ। ਰਾਹੁਲ ਦੇ ਭਾਸ਼ਣ ਦਾ ਵੀਡੀਓ ਸੈਮ ਪਿਤਰੋਦਾ ਨੇ ਸ਼ੇਅਰ ਕੀਤਾ। ਉੱਥੇ ਨਾਲ ਹੀ ਰਾਹੁਲ ਦੇ ਇਸ ਬਿਆਨ ਦੇ ਉੱਤੇ ਭਾਜਪਾ ਨੇ ਇਤਰਾਜ਼ ਪ੍ਰਗਟਾਇਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਰਾਹੁਲ ਵਿਦੇਸ਼ੀ ਧਰਤੀ ਤੇ ਭਾਰਤ ਨੂੰ ਬਦਨਾਮ ਕਰ ਰਹੇ ਨੇ।
राहुल गांधी जी की क्या मजबूरी थी कि उन्होंने अपना मोबाइल फोन जमा नहीं करवाया? और वो नेता जो भ्रष्टाचार के चलते बेल पर है, ऐसा क्या था उनके मोबाइल फोन पे जो उनको अपना छिपाने की जरूरत थी? वो और अन्य नेताओं ने अपना मोबाइल फोन क्यों जमा नहीं करवाया? बार बार झूठ बोलना, विदेशी धरती का इस्तेमाल करना, विदेशी दोस्तों का, विदेशी एजेंसियों का इस्तेमाल करना, ये आदत सी बन गई है और भारत को बदनाम करने की आदत बन गई। क्या संवैधानिक संस्थाओं में भी कांग्रेस का विश्वास खत्म हो गया है? क्या भारत के लोकतंत्र पर बार बार प्रश्न चिन्ह खड़ा करने का काम ये कांग्रेस करती रहेगी? आज एक बार फिर चुनावों में तो सुपड़ा साफ हुआ ही, दिवालियापन और भी नजर आया जब विदेशी धरती पर जाकर भारत को बदनाम करने का कोई कसर नहीं छोड़ी। दसूहा के सरकारी स्मार्ट हाई स्कूल सहोड़ा डडियाल का शर्मनाक करा सामने आया, जिथे प्रीख्या देने दे लई बच्चों नू भारी वाहनों में पशुआ वांग लद के प्रीख्या केंद्र दे विच लिजाया गया। एक पासे जिथे पंजाब की सत्ता ते कब्ज़ आम आदमी पार्टी की सरकार पंजाब के सारे स्कूलों नू अपग्रेड करन दी गल्लां करदी नहीं थकदी, उत्थे दूजे पासे सरकारी स्मार्ट हाई स्कूल सहोड़ा डडियाल नेड़े शर्मनाक करा जिस विच अठवीं जमात के बच्चों नू स्कूल विचों बाहर कढ़न दा मामला सामने आया। इम्तिहान देण दे लई उन्हां नू पशुआं वांगू लदण वाले वाहन दे विच भर के प्रीख्या केंद्र विच लिजाया जा रहा सी। इस कार विच बच्चों दे नाल स्कूल दा कोई भी स्टाफ मैंबर मौजूद नहीं सी। इस संबंधी जदों स्कूल दी मुख अध्यापका दीप्ति कौंडल नाल गलबात की गई तां उन्होंने कहा कि स्कूल विच बच्चों नू प्रीख्या केंद्र विच लै के जाण लई सरकार वल्लों कोई प्रबंध नहीं किए गए। जदों जिला सिक्ख्या अफसर हरभगवंत सिंह नाल गलबात की गई तां उन्होंने कहा कि समुचे मामले की उच्च पदरी पड़ताल करवाई जाएगी, जेकर मुख अध्यापक दोषी पाया गया तो उन्हां खिलाफ बनती कार्रवाई होगी। देखो सर, सब तो पहले तो साढ़े स्कूल दे विच कोई भी, अगर तुसी कहिए कि गवर्नमेंट वालों को प्रोवाइड कोई बसेस या कोई भी ऑटो इदा कुछ नहीं है, बच्चों ने बोर्ड की क्लासेस का पेपर है, हर बच्चा पेपर दे साड़ी रिस्पोंसिबिलिटी है। असी पेरेंट्स का कंसेंट लिता, वो सारे दिहाड़ीदार बंदे हैं बेचारे, और वो कहते हैं कि अगर असं हर बच्चे ने सवेरे छड़न या लैन जावे तो उन्होंने दिहाड़ी खराब होंगी और पॉसिबल नहीं है उन्होंने वास्ते। उन्होंने असं उन्होंने कंसेंट लिती, उन्होंने सू लिख के दिता कि इन्होंने वास्ते किसी भी तरीके के वहीकल का इंतजाम किया जाए, पर कॉस्ट इन्नी हो जो असी पे कर सकी, राइट। अगर मैं उन्होंने वास्ते कोई टैक्सी या कोई बस कर दी हाँ, दैन इट इज़ नॉट पॉसिबल फॉर ए सिंगल इंडिविजुअल टू पे 1,000 or 2,000 rupees पर हैड। सो इस करके असी एक वहीकल किया है जिदे विच साडी अप्रोक्सीमेटली 280 rupees दे राउंड एक बच्चे नू पेगा फॉर द 10 papers दे राउंड। सवेरे एक टीचर मेरा उन्होंने जाता है जिहड़ा उत्थे पहले, अज थर्ड पेपर है, पहले 2 days लगातार गए। अज मेरे स्कूल दे टीचर ऑन ड्यूटी है, मेरे को सिर्फ प्रेजेंट 2 teachers से, जिहदे करके मैं उन्होंने नहीं भेज पाई। पंजाब दे लुधियाना जिले दे विच एसटीएफ दी टीम ने एक नशा तस्कर नू गिरफ्तार किया है। मुलजम मोती नगर इलाके में हैरोइन सप्लाई कर जा रहा है। मुलजम को पुलिस ने नाकाबंदी दौरान काबू कर लिया। मुलजम एक निजी स्कूल नेड़े स्कूटी से हैरोइन की तस्करी कर जा रहा है जदों उसनू चैकिंग दे लई रोकिया गया। जानकारी देंदिया एसटीएफ इंचार्ज हरबंस सिंह ने कहा कि बदमाश ने भजन की कोशिश की पर उसनू फड़ लिया गया। एसटीएफ ने मुलजम कोलों 1 kg 900 grams हैरोइन बरामद की। तस्कर की पछाण अर्जन सिंह वासी सत्यम हस्पताल नेड़े विचित्र कलोनी वजों हुई है। मुलजम ट्रांसपोर्ट नगर में टैक्सी ड्राइवर का काम करता है। वह टैक्सी चलाने की आड़ में लोगों को हैरोइन सप्लाई करता सी। सर, भारी मात्रा च हैरोइन बरामद हुई है, की सी पूरा मामला जानकारी दे। हाँ जी, साड़ी एसटीएफ लुधियाणा रेंज की टीम कल नेड़े एवरेस्ट स्कूल एरिया थाना मोती नगर हाजिर सी, जिथे साड़ी पुलिस पार्टी को एक बहुत भरोसेयोग सूचना मिली कि एक अर्जन नाम का व्यक्ति जो बचित्र नगर एरिया थाना जमालपुर लुधियाना का रहने वाला, जिस दे थोड़ी देर बाद वर्धमान साइड तो आके मोती नगर बाजार वालू हैरोइन की सप्लाई देने लई जाना, जो सूचना बड़ी भरोसेयोग होने करके असी दोषी के बरखिलाफ मुकदमा नंबर 50 अधीन धारा NDPS एक्ट थाना STFA 4 मोहाली दर्ज कराया और स्ट्रोंग नाकाबंदी की। नाकाबंदी दौरान जदों आरोपी वर्धमान वालों एक स्कूटर से सवार होकर आया तो जदों इन्हें रोकने का इशारा किया तो इन्हें भजाने की कोशिश की।
साड़ी पुलिस पार्टी ने बड़ी मुस्तैदी नाल इनू समेत इदी एक्टिवा स्कूटरी दे काबू करके जो स्कूटरी दी तलाशी की मानयोग DSP साहब जी की हिदायत से जो साढ़े पुलिस पार्टी ने इसकी तलाशी की तो डिग्गी दे विचों 1 किलो 900 ग्राम हैरोइन बरामद हुई जिसनों उस मुकदमे दे विच गिरफ्तार किया। सर की करता सी पहला काम की करता सी ते हुण की? आरोपी ने पुछगिछ ते दस्सिया भी वह ट्रांसपोर्ट मोती नगर दे एरिए दे विच एक टैक्सी चलाउण दा काम करदा, गड्डी दी ड्राइवरी करदा। इन नशे कदों तों वेचण लग गए जी? इहने करीब 4-5 साल तों आप भी अडिक्ट आ ते नशे विच अडिक्ट होण दे नाते इहने अपना खर्चा कढ़न दे लई नाल नाल वेचण दा जरूर काम शुरू कर दिता सी। पहला एक केस दे बरखलाफ थाना हैबोल विच चोरी दा मुकदमा दर्ज है। सर कित्थों लिआंदा सी इन्नी भारी मात्रा च ते कित्थे वेचदा सी? इहने अजे मुढली पुछगिछ ते दस्सिया भी इस नूं इक अमृतसर तों व्यक्ति आ के हैरोइन दे के जांदा जिसदे पास एक इंटरनेशनल नंबर चलता। अमृतसर विखे तेजा सिंह समुद्री हाल के श्रोमणी गुरुद्वारा प्रबंधक कमेटी के इजलास दौरान प्रधान एडवोकेट हरजिंदर सिंह धामी ने सिख भाईचारे को विचारक मतभेदों तो उत्ते उठ के एक सुरता नाल सख्त स्टैंड की हमायत की है। इस मौके अकाल तख्त साहब जथेदार ज्ञानी हरप्रीत सिंह तो इलावा 90 मैंबर ने शमूलीयत की। उन्होंने कहा कि भाई बलवंत सिंह राजवाणा ते होर बंदी सिंह ने उत्ते भावें सुप्रीम कोर्ट में SGPC के उल्ट फैसला आया पर सिखरली अदालत के फैसले मगरों पार्लीमेंट इस फैसले को बदलने समर्थ है। उन्होंने भारत सरकार को अपील की कि उन्होंने 12 मैंबर अज भी उन्होंने हक के ने इस संबंधी समुचे तौर पर 6 मैंबरी कमेटी का गठन किया गया। सब तो पहला मैं थोड़ा मीडिया वाले का धन्यवाद करदा तो साडो खिमा भी चाहना माफ़ी भी चाहना। कई बार प्रबंधक करता दियाँ कोई अपन मजबूरिया होंगे इस करके असं उत्ते रिकॉर्डिंग का थानू समा नहीं दे सके। सो उस मैं थोड़े तो पहले ही निम्रता सहित खिमा मंगदा। दूसरी जी अज की यह जनरल अजलास की विलखणता सी वो ये भी एक साढ़े जेडे विचारधारक तौर पर कई बार मतभेद भरावान भी हो जाते जिन्हें भी वो साढ़े नाल विचारक तौर पर मतभेद वाले सारिया ने एक सुरता दे नाल इस मसले पर गवाही पाई है कि इहदे लई जो भी सख्त तो सख्त स्टैंड लिया जाए असी मोहरे होके उहदा योगदान पावांगे। और उहनां दे विच सारिया तो जिन्हें भी 4-5 मैंबर वो सारिया ने अचेचे तौर पर कहा भी जो भी श्रोमणी गुरद्वारा प्रबंधक कमेटी जनरल हाउस जिहड़ा कोई फैसला करता असीं उहदे ते पूरे तनदेही दे नाल पहरा देंगे। ये मते साडे दो आ, एक मता साडा थोड़ा लंबा आ, ये जां तां तुसीं फिर कापियां लै लिओ मैं पढ़न लगूंगा मीडिया शायद मैनूं ये 20-25 मिनट लग जाणगे। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ ਚੋਂ ਉਹ ਕੇਸ ਵੀ ਹੋ ਚੁੱਕਾ ਪਰ ਫਿਰ ਵੀ ਮੈਂ ਤੁਹਾਨੂੰ ਅੱਗੇ ਵੀ ਮਿਸਾਲਾਂ ਦਿੰਦਾ ਰਿਹਾ ਕਿ ਸਹਿਜਧਾਰੀ ਫੈਡਰੇਸ਼ਨ ਵੱਲੋਂ ਜਿਹੜਾ ਕੇਸ ਹਾਈ ਕੋਰਟ ਚੋਂ ਜਿੱਤਿਆ ਗਿਆ ਸੀ ਉਹਦੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਸੀ। ड्यूरिंग प्रनैंसी ऑफ सुप्रीम कोर्ट अपील जिहड़ी सेंटर दी सरकार ने पार्लीमेंट दे विच बिल लिया के उहदे च अमेंडमेंट करवाती सी ते असीं ओह अपील एज इट इज वापस लै ले सी। कोर्ट ने नहीं सी फैसला किया पार्लीमेंट सुप्रीम इस एक्ट दे विच अज भी असीं मानदे इस गल नूं मानदे हां कि सुप्रीम कोर्ट दे फैसले तों बाद जिहड़ी पार्लीमेंट आ उह समर्थ आ क्योंकि डिस्प्यूट नहीं इंडिपेंडेंट जुडिशरी आ पर जिहड़ी पार्लीमेंट दा क्योंकि सेंट्रल एक्ट आ उस सेंट्रल एक्ट दे विच क्योंकि तुसीं मेरे तों वध सारे पढ़े लिखे भी हाँ आ एक कॉन्स्टिट्यूशन का 246 आर्टिकल आ 246 इस आर्टिकल दे 246 दे जिहड़ा शड्यूल 7-1
ਆਉਂਦੀਆਂ ਕਾਪੀਆਂ ਵੀ ਮੈਂ ਤੁਹਾਨੂੰ ਆ ਮੇਰੇ ਕੋਲ ਪਈਆਂ ਇੱਥੇ ਇਹ ਜੂਨੀਅਰ ਲਿਸਟ ਆ ਆਰਟੀਕਲ 246 ਔਰ ਇਹਦੇ ਵਿੱਚ 246 ਦੇ ਵਿੱਚ ਇਹ ਸਬ ਸੈਕਸ਼ਨ 7 ਸ਼ਡਿਊਲ ਦਾ ਪਾਰਟ 1 ਆ ਇਹਦੇ ਵਿੱਚ ਐਕਸਕਲੂਸਿਵਲੀ ਜਿਹੜਾ ਰਾਈਟ ਆ ਸੈਂਟਰਲ ਐਕਟ ਦੇ ਵਿੱਚ ਉਹ ਇਕੱਲੀ ਪਾਰਲੀਮੈਂਟ ਦਾ ਆ ਇਸ ਅਸੈਂਬਲੀ ਨੇ ਕੀ ਕੀਤਾ ਇਸ ਅਸੈਂਬਲੀ ਨੇ ਇਹ 7 ਸ਼ਡਿਊਲ ਦੀ 2 ਨੰਬਰ ਜਿਹੜੀ ਆ ਉਹ ਮੱਧ ਦੇ ਰਾਹੀਂ ਇਹ ਜਿਹੜਾ ਐਕਟ ਆ ਉਹ ਨਵਾਂ ਬਣਾ ਦਿੱਤਾ ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਮੁੰਡੋ ਹੀ ਗਲਤ ਹੋਇਆ ਸੋ ਅੱਜ ਵੀ ਅਸੀਂ ਸਮੁੱਚੇ ਤੌਰ 'ਤੇ ਇੱਕ ਇਸ ਭਾਰਤ ਸਰਕਾਰ ਦੀ ਪਾਰਲੀਮੈਂਟ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਉੱਥੇ ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਖੜ੍ਹਾ ਹੁਣ ਦੇਖੋ ਦੋ ਤਰ੍ਹਾਂ ਹੁੰਦੀਆਂ ਅੱਜ ਸਾਡੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜਾਏ ਉਹ ਦੋ ਥਾਂ ਹੀ ਰਹਿੰਦਾ ਉਹ ਐੱਮ ਐੱਲ ਏ ਨਹੀਂ ਉਹ ਕਹਿੰਦੇ ਜੀ ਇੱਕ ਸੀਟ ਛੱਡ ਸਾਡੇ 12 ਮੈਂਬਰ ਆ 12 ਦੇ 12 ਖੜ੍ਹੇ ਆ ਕਿਤੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਸੈਟਿਸਫਾਈਡ ਨਹੀਂ ਹੋਈ ਜਾਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਲਾਇਆ ਨਹੀਂ ਗਿਆ ਇਹਨੇ ਐਡਹੋਕ ਕਮੇਟੀ ਬਣਾਤੀ ਆ ਅਤੇ ਸਾਡਾ ਮੰਨਣਾ ਆ ਵੀ ਐਡਹੋਕ ਕਮੇਟੀ ਐਗਜਿਸਟ ਨਹੀਂ ਕਰਦੀ ਕਿਉਂਕਿ ਚੁਣੀ ਹੋਈ ਜਿਹੜੇ ਉੱਥੋਂ ਦੇ 12 ਮੈਂਬਰ ਆ ਉਹ ਅੱਜ ਵੀ ਮੈਂਬਰ ਆ ਅਤੇ ਸਾਡੇ ਹਾਊਸ ਦੇ ਮੈਂਬਰ ਆ ਸੋ ਇਸ ਕਰਕੇ ਇਹ ਅਸੀਂ ਅੱਜ ਸਮੁੱਚੇ ਤੌਰ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਬਣਾਈ ਆ ਜਿਹਦੇ ਵਿੱਚ 3 ਮੈਂਬਰ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰੀ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ ਅਤੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਅਤੇ ਉੱਧਰੋਂ ਸਰਦਾਰ ਬਲਵਿੰਦਰ ਸਿੰਘ ਭੋਂਦੜ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਰਦਾਰ ਦਲਜੀਤ ਸਿੰਘ ਚੀਮਾ ਇਹ 6 ਮੈਂਬਰ ਜਿਹੜੇ ਆ ਇਹ ਸਮੁੱਚੇ ਪਾਰਲੀਮੈਂਟ ਦੇ ਲੋਕ ਸਭਾ ਦੇ ਮੈਂਬਰ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਤੁਰੰਤ ਚਿੱਠੀਆਂ ਲਿਖਣਗੇ ਸਾਰਿਆਂ ਮੈਂਬਰਾਂ ਨੂੰ ਉਹ ਤੋਂ ਇਲਾਵਾ ਇਹ ਕਮੇਟੀ ਚਾਹੇ ਸਿੱਕਮ 'ਚ ਜਾਵੇ ਇਹ ਕਮੇਟੀ ਚਾਹੇ ਮਦਰਾਸ ਜਾਵੇ ਇਹ ਕਮੇਟੀ ਚਾਹੇ ਵੈਸਟ ਬੰਗਾਲ 'ਚ ਜਾਵੇ ਚਾਹੇ ਬਿਹਾਰ ਪਟਨੇ 'ਚ ਜਾਵੇ ਇਹ ਕਮੇਟੀ ਉਹਨਾਂ ਵੱਡੀਆਂ ਧਿਰਾਂ ਦੇ ਨਾਲ ਜਾ ਕੇ ਵਿਵਸਥਾ ਉਹਨਾਂ ਨੂੰ ਅਪਰਾਈਜ਼ ਵੀ ਕਰਾਊਗੀ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਆ ਚੁੱਕਾ ਪਰ ਸਾਡੀ ਅਸਲ ਇਹ ਕਹਾਣੀ ਕੀ ਆ ਔਰ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੂੰ ਵੀ ਮਿਲਣ ਦਾ ਯਤਨ ਕਰਨ ਉਹਨਾਂ ਦੇ ਵੀ ਤੱਕ ਇਹ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਆਦਤੀ ਹੋਈ ਆ ਇਹ ਜਿਹੜੀ ਤੁਰੰਤ ਇਹਨੂੰ ਜਿਹੜਾ ਆ ਉਹ ਠੀਕ ਕੀਤਾ ਜਾਵੇ ਸੋ ਉਹ ਤੋਂ ਇਲਾਵਾ ਇਹ ਜਿਹੜਾ ਇੱਕ ਅੱਜ ਵੱਡਾ ਮਤਾ ਇਹ ਵੀ ਆਇਆ ਵੀ ਜਿਹੜੇ ਜੁੱਤੀਆਂ ਪਾ ਕੇ ਪੁਲਿਸ ਵਾਲੇ ਅੰਦਰ ਵੜ ਗਏ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਕਰਮਾਂ ਦੇ ਵਿੱਚ ਜਿਹਦੀਆਂ ਵੀਡੀਓ ਪਹਿਲਾਂ ਵੀ ਜਾਰੀ ਹੋਈਆਂ ਉਹ ਤੋਂ ਇਲਾਵਾ ਜੇ ਹਿਸਾਬ ਦੇ ਨਾਲ ਜਿੰਦੇ ਤੋੜੇ ਗਏ ਕਟਰਾਂ ਦੇ ਨਾਲ ਜੇ ਹਿਸਾਬ ਦੇ ਨਾਲ ਗੁਰਦੁਆਰੇ ਸਾਹਿਬਾਨਾਂ ਦੇ ਬੂਹਿਆਂ ਨੂੰ ਲੱਗੇ ਤਾਲੇ ਕੱਟੇ ਗਏ ਇਹ ਵੀ ਬਹੁਤ ਸਖ਼ਤ ਨਿੰਦਾ ਵੀ ਆ ਅਤੇ ਇਹ ਗੁਰਮਤ ਦੀ ਉਲੰਘਣਾ ਵੀ ਆ ਇਹ ਵੀ ਆ ਸਮੁੱਚੇ ਹਾਊਸ ਨੇ ਇਹ ਮਹਿਸੂਸ ਕੀਤਾ ਕਿ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਪੁਲਿਸ ਚਿੱਟੇ ਕੱਪੜਿਆਂ ਦੇ ਵਿੱਚ ਅਤੇ ਪੁਲਿਸ ਵਰਦੀ ਭੇਜ ਕੇ ਜਿਸ ਧੱਕੜਸ਼ਾਹੀ ਦੇ ਨਾਲ ਇਹ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਇੱਕ ਧਿਰ ਨੂੰ ਲੈ ਕੇ ਅਤੇ ਉੱਥੇ ਉਹ ਜਿਹੜੇ ਲੜਦੇ ਸੀ ਹਰਿਆਣਾ ਕਮੇਟੀ ਬਣਾਉਣ ਲਈ ਉਹ ਅੱਜ ਵੀ ਧਿਰਾਂ ਉਹਨਾਂ ਦੇ ਖਿਲਾਫ ਆ ਅਤੇ ਮੈਂ ਇਹ ਵੀ ਤੁਹਾਨੂੰ ਦੱਸਦਿਆਂ ਕਿ ਜਿਹੜੇ ਹੁਣ ਨੋਮੀਨੇਟਡ ਇਹਨਾਂ ਦੀ ਕਮੇਟੀ ਆ ਉਹਦੇ ਵਿੱਚ ਬਹੁਤਾਤ ਜਿਹੜੀ ਉਹ ਸਰਕਾਰ ਸਪੋਂਸਰਡ ਆ ਉਹ ਸੰਗਤਾਂ ਦੀ ਚੁਣੀ ਹੋਈ ਬਾਡੀ ਨਹੀਂ ਗੀ ਇਹ ਵੀ ਅੱਜ ਦੇ ਹਾਊਸ ਨੇ ਇਹਦੀ ਜਿਹੜੀ ਉਹ ਨਿੰਦਾ ਕੀਤੀ ਆ ਦੂਸਰੀ ਜਿਹੜੀ ਇੱਕ ਮਤਾ ਸਾਡਾ ਜਿਹੜਾ ਚੇਚੇ ਤੌਰ 'ਤੇ ਅੱਜ ਆਇਆ ਉਹ ਆਇਆ ਕਿ ਅੱਜ ਇਸ ਦੇਸ਼ ਦੀ ਸਰਕਾਰ ਬੜੀ ਤੇਜ਼ੀ ਨਾਲ ਮਨਿਓਰਟੀ ਕਮਿਊਨਿਟੀਜ਼ ਦਾ ਗਲਾ ਘੁੱਟਣ ਲਈ ਹਿੰਦੂ ਤੱਤਵ ਦੀ ਗੱਲ ਕਰ ਰਹੀ ਆ ਔਰ ਇਹ ਅੱਜ ਦਾ ਹਾਊਸ ਇਹਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਨਹੀਂ ਕਰਦਾ ਤਾੜਨਾ ਵੀ ਕਰਦਾ ਆ ਕਿ ਇਹ ਜਿਹੜਾ ਰਾਹ 'ਤੇ ਤੁਸੀਂ ਤੁਰੇ ਆ ਇਹ ਰਾਹ ਕੰਡਿਆਲਾ ਆ ਇਹਦੇ 'ਤੇ ਆਪਾਂ ਨਾ ਕਰੀਏ ਮੈਂ 2-3 ਜਿਹੜੇ ਰੈਲੀਵੈਂਟ ਹੈਗੇ ਉਹ ਮੈਂ ਤੁਹਾਡੇ ਸਾਹਮਣੇ ਤੁਹਾਡੇ ਪੇਸ਼ ਕਰ ਦਿੰਦਾ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਮਹਿਸੂਸ ਕਰਦਾ ਹੈ ਕਿ ਸਰਕਾਰ ਵੱਲੋਂ ਘੱਟ ਗਿਣਤੀਆਂ ਕੌਮਾਂ ਨੂੰ ਦਬਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਵੋਟਾਂ ਦੀ ਰਾਜਨੀਤੀ 'ਤੇ ਚੱਲਦਿਆਂ ਭਾਰਤ ਨੂੰ
हिंदू राष्ट्र बनाने लिए सरकार वालों हर हीला वरत्या जा रहा है। इस वालों संविधान की परवाह किए बिना घट बेनती संबंधित चुनिया हुई धार्मिक संस्थावां सीधी चुनौती दी जा रही है। पहला कांग्रेस पार्टी यही अवग्या करती सी, सिखां नाल सीधी टक्कर लैंदी सी, ते हुण मौजूदा सरकार भी उसे राह ते तुर पई आ। ते ये अखीर दे विच अजलास सरकारां नूं ताड़ना करता है कि घट गिणतियां दे धार्मिक मामलियां विच दखल बंद किया जाए। भारत अंदर वसदे हर धर्म के हक हकूक सुरक्षित रखने सरकार की मुढ़ली जिम्मेवारी है, जिसका सख्ती नाल पालना किया जाए। सरकारां संविधानक दायरे अंदर रह के कार्ज करन, ना कि किसी एक धिर की सरप्रस्ती हेठ घट गिणतियां खिलाफ़ भुगतन। सो ये अज चेचे तौर पर ये सारे अपने बैठ के हाउस से डिस्कस भी होया, तो सर्वसम्मति नाल एक सुरता दे नाल जिहड़ा ये सारा ही होया फैसला। तो असीं अगां भी एक रणनीति बनाई आ कि ये 6 मैंबरी कमेटी सारिआं नाल संपर्क करके, जे इन्हां नूं देश का भी दौरा करना पिया दो दो दिन तीन तीन दिन एक कर दौरा भी कर, तो फिर जे फिर भी साढ़े कुछ पल्ले नहीं पैंदा, फिर एक वर्ल्ड पदरी इकट्ठ जिहड़ा श्रोमणी गुरद्वारा प्रबंधक कमेटी सदूगी, जिहदे विच समुची मनुखी इस अपनी धरती दे देश च विदेश च समुची दुनिया के सिखां नूं बेनती करांगे भई ये साडे नाल वड्डा धक्का होया। लोग महसूस भी अज करदे आ, वो फिर अगला स्टैप जिहड़ा आ वो ये तो बाद होगा। मैं तो यो ही आस रखदा भई मैंबर साहबान जदों पार्लीमेंट दे आ, वो मैंबर पार्लीमेंट पढ़े लिखे भी आ, विद्वान भी आ, ते अगे भी जदों साडा आह जिहड़ा सहजधारी फेडरेशन वाला मसला आया सीगा उदों भी कल्ले कल्ले मैंबर नूं कल्ली कल्ली पार्टी दे प्रधान नूं मिले सी। इहो कारण आ कि राजसभा दे विच सरकार का बहुमत ना होने के बावजूद सर्वसम्मति दे नाल उह मता पहला राजसभा च पास होया सी। सो अज भी साडा मानना आ कि साडे नाल जिहड़ा इह धक्का होया उह धक्के लई इह मैंबर साहबान जतन करके तुरंत उहदे लई आपां फिर सारे इकट्ठे हो के जतन करांगे तां कि आ जिहड़े उलझदे मसले साडे, क्योंकि सिखां दे विच अज जिवें भरा मारू जंग प्रैवलेंट कर दित्ती आ, साडा इह सुभाअ नहीं। असीं पंजाबियाने दे सिख, चाहे राजस्थान दे सिख, चाहे पटने दे सिख, चाहे हजूर साहब दे सिख, असीं भरा आ सारे। जिहड़े प्रबंध आ अपने अपने चलदे आ, पर इह प्रबंध साडे कोलों खोया गया, इस करके असीं उहनां भरावां दे नाल आ। असीं दर्द भी महसूस करदे आ, पर साडा ना तां कोई गोलकां दा झगड़ा, ना साडे दा उहनां नाल कोई पैसे दा झगड़ा, ना साडा उहनां दे नाल कोई होर किसे ढंग दी लड़ाई आ। ये सिद्धांतक लड़ाई आ कि सिखां दी आजादी तो पहलां हासिल कीती धर्म की आजादी के उत्ते वड्डा हमला देश भारत दे विच आजाद होने तो बाद, कि जिस गुलामी दे विच मुल्क दे विच असीं आजादी धर्म की प्राप्त की, अज मोड़ फिर कितें सानू उस आस्था नहीं कीता करवाया जा रहा। सो इन्नी क बेनती करके थातों मैं सारिआं नूं फिर दुबारा जिदा मैं कहा सी पहलां उससे समां नहीं दे सके, सारिआं दा बहुत बहुत धन्यवाद। वाहिगुरु जी का खालसा वाहिगुरु जी की फतह। ਛੋਟੀਆਂ ਛੋਟੀਆਂ ਟਕਸਾਲਾਂ ਦੇ ਵਿੱਚ ਆਪਸੀ ਝਗੜੇ ਪੈ ਜਾਂਦੇ ਨੇ, ਜਥੇਦਾਰ ਕਮੇਟੀ ਬਣਾ ਕੇ ਉਹਦੇ ਮਸਲੇ ਨੂੰ ਹੱਲ ਕਰਦਾ। ਜਥੇਦਾਰ ਇਸ ਕਮੇਟੀ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਗਾਹ ਨਹੀਂ ਆ ਰਿਹਾ, ਜਦਕਿ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਜਥੇਦਾਰ ਕੋ ਆ ਕੇ ਮੀਟਿੰਗਾਂ ਕਰਦੇ ਨੇ, ਆਪਣੇ ਚੇਅਰਮੈਨ ਨੇ ਘੱਟ ਗਿਣਤੀ ਕਮਿਸ਼ਨ ਦੇ ਉਹ ਵੀ ਜਥੇਦਾਰ ਸਾਹਿਬ ਕੋ ਆ ਪਾਉਂਦੇ ਨੇ। ਸਿੰਘ ਸਾਹਿਬ ਨੂੰ ਨਹੀਂ ਚਾਹੀਦਾ ਕਿ ਇਹਨੂੰ ਪਹਿਲ ਕਦਮੀ ਕਰਕੇ ਇਹਨੂੰ ਮਸਲੇ ਨੂੰ ਹੱਲ ਕਰਨਾ ਚਾਹੀਦਾ ਜੀ। ਸਿੰਘ ਸਾਹਿਬਾਨ ਅੱਜ ਬੋਲ ਕੇ ਵੀ ਸਾਡੇ ਹਾਊਸ ਚ ਗਏ, ਆਏ ਵੀ ਸੀਗੇ, ਸਾਨੂੰ ਨਹੀਂ ਨਾ ਸੁਣਨ ਦਿੱਤਾ ਜੀ, ਮੀਡੀਆ ਤੇ ਤੁਸੀਂ ਦੂਰ। ਚਲੋ ਨਹੀਂ ਦੂਰ ਨਹੀਂ ਰੱਖਿਆ, ਉਹ ਦੂਰ ਨਹੀਂ ਰੱਖਿਆ, ਨਾ ਦੂਰ ਰੱਖਣ ਦਾ ਕੋਈ ਕਾਰਨ ਆ। ਹੁਣ ਤੁਹਾਡੇ ਰੂਪ ਰਹੀ ਆ ਸਾਰੇ, ਉੱਥੇ ਅੰਦਰ ਵੀ, ਉੱਥੇ ਅੰਦਰ ਜਿਹੜੇ ਬੋਲਦੇ ਉਹ ਸਾਰਿਆਂ ਤੁਹਾਡੇ ਕੋਲੋਂ ਸੱਤ ਤੋਂ ਪਹਿਲਾਂ ਆ ਜਾਂਦੀਆਂ। ਸਿੰਘ ਸਾਹਿਬ ਨੇ ਵੀ ਆਪਣਾ ਜਿਹੜਾ ਪੱਖ ਸੀ ਅੱਜ ਉੱਥੇ ਰੱਖਿਆ ਆ, ਆਹ ਅਸੀਂ ਉਹ ਪੱਖ ਨੂੰ ਹੀ ਅੱਗੇ ਗਾਹਾਂ ਕੇ ਤੋੜ ਲਏ ਆਪਣੇ ਜਿਹੜਾ ਆ ਸਾਰਾ, ਅੱਜ ਬੈਠ ਕੇ ਜਿਹੜੀ ਅਸੀਂ ਉਹ ਮੀਟਿੰਗ ਕੀਤੀ ਆ ਸਾਰੀ। ਦੇਖੋ ਜਿਹੜਾ ਅੱਜ ਦਾ ਜਨਰਲ ਅਜਲਾਸ, ਮੈਂ ਪਹਿਲਾਂ ਦੱਸਾਂ ਬਈ ਇਹ ਮੰਨ ਲਓ ਜੇ ਕਾਨੂੰਨ ਤੌਰ ਤੇ ਹਾਊਸ ਸਾਦੇ ਤੇ 21 ਦਿਨ ਘੱਟੋ ਘੱਟ ਚਾਹੀਦੇ ਆ। ਇਹ ਸਾਡਾ ਜਨਰਲ ਅਜਲਾਸ ਨਹੀਂ ਸੀ, ਇਹ ਸਾਡਾ ਜਨਰਲ ਹਾਊਸ ਦੀ ਇਕੱਤਰਤਾ ਸੀਗੀ। ਅਤੇ ਹੁਣ ਆਪਣੇ ਜਿੱਦਾਂ ਸਾਡੀ ਇਕੱਤਰਤਾ ਆਉਣੀ ਆ ਬਜਟ ਵਾਲੀ,
इस करके कई बार मैंबर जिहड़े आ बहुतिआं दे टेलीफोन भी आए फिर भी 90 मैंबर अज हाजिर सी और 90 दे विचों एक दी भी किसे दी सूई दूए पासे नूं गई सिर्फ सिर्फ इत्थे रखी गल सारिआं ने भी इहदे विच असीं इक सुरता दे नाल तुहाडा धन्नवाद करांगे तुहाडे नाल सहयोग जो भी तुसीं प्रोग्राम लिखोगे उहदे असीं मोहरे होके अपना जोर लाउंगे। बजट सिलसिले विच हरियाणे दा बजट रख्या जाएगा जी? नहीं रख्या जाऊगा हाल दी फोटकल नोट दे के असीं फोटकल नोट फोटकल नोट दे के असीं उहदी व्यवस्था रखी आ पर उहनूं इनकलूड नहीं कीता असीं इस करके भी क्योंकि इन्हां ने सरकार ने उत्थे जे हिसाब दे नाल गुरमर्यादा का उलंघन किया ਉਹ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ। ਪ੍ਰਧਾਨੀ ਨਾਣੇ ਦੇ ਵਿੱਚ ਵੀ ਜਿਹੜੀ ਗੁਰੂ ਸਾਹਿਬ ਦੀ ਬੇਦਬੀ ਹੋਈ ਆ ਪਾਲਕੀ ਦੇ ਵਿੱਚ ਲੈ ਕੇ ਗਏ ਆ ਬੈਰੀਕੇਡ ਤੋੜੇ ਗਏ ਆ ਪਰ ਸਭ ਕਮੇਟੀ ਬਣ ਕੇ ਉਸ ਅੱਜ ਬੰਦ ਕਮਰਾ ਮੀਟਿੰਗ ਹੋਈ ਆ 2.5 ਘੰਟੇ ਉਹ ਇਦਾਂ ਆ ਵੀ 6 ਤਰੀਕ ਨੂੰ ਅਸੀਂ ਜਿਹੜੀ ਜਹਿਦਾਰ ਸਾਹਿਬ ਨੇ ਕਮੇਟੀ ਬਣਾਈ ਆ ਉਹਦੀ 6 ਤਰੀਕ ਨੂੰ ਆਪਣੇ ਆਨੰਦਪੁਰ ਸਾਹਿਬ ਮੀਟਿੰਗ ਰੱਖ ਲਈ ਆ ਉਹ ਪਹਿਲੀ ਮੀਟਿੰਗ ਸਾਰਿਆਂ ਕੋਲ ਸੰਸਥਾਵਾਂ ਸੰਪਰਦਾਵਾਂ ਉੱਥੇ ਗਈਆਂ ਹੋਣੀਆਂ ਤੇ ਉਹ ਸਿੰਘ ਸਾਹਿਬ ਵੱਲੋਂ ਬਣਾਈ ਗਈ ਆ ਤੇ ਸਿੰਘ ਸਾਹਿਬ ਨੇ ਅਸੀਂ 15 ਦਿਨਾਂ 'ਚ ਰਿਪੋਰਟ ਦੇ ਕੇ ਉਹ ਅਗਲੇ ਦੀ ਕਾਰਵਾਈ ਸਿੰਘ ਸਾਹਿਬਾਨ ਆਪਣੀ 5 ਮੈਂਬਰੀ ਇਕੱਤਰਤਾ ਦੇ ਵਿੱਚ ਫਿਰ ਕਰ ਜਾਏਗੀ। ਪ੍ਰਧਾਨ ਜੀ ਜਿਹੜੀ ਕਮੇਟੀ ਹੈ ਇਹਦੇ ਨਾਲ ਪ੍ਰਧਾਨ ਇਹ ਮੈਂ ਅੱਜ ਨਹੀਂ ਦੱਸਣਾ ਇਹ ਤੁਹਾਨੂੰ 29 ਤਰੀਕ ਨੂੰ ਬਜਟ ਵਾਲੇ ਦਿਨ ਦੱਸੂਗਾ ਜਿਹੜੀ ਡੇਟ ਰੱਖਾਂਗੇ। ਪ੍ਰਧਾਨ ਜੀ ਜਿਹੜੀ ਲੋਕ ਸਭਾ ਮੈਂਬਰਾਂ ਨੂੰ ਮਿਲੇਗੀ ਕਮੇਟੀ ਇਹਦਾ ਫਾਇਦਾ ਕੀ ਹੋਏਗਾ ਤੁਹਾਨੂੰ? ਇਹਦਾ ਬੜਾ ਫਾਇਦਾ ਹੁੰਦਾ ਜੀ ਕਿਉਂਕਿ ਮੈਂਬਰ ਪਾਰਲੀਮੈਂਟ ਜਿਹੜੇ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਆ ਆ ਹੁਣ ਹਰਿਆਣੇ ਦੇ ਵਿੱਚ ਪਿੱਛੇ ਜਿਹੜੀ ਤੁਹਾਡੇ ਆਪਣੇ ਕੀਤੀ ਇਹਨਾਂ ਨੇ ਆਰਡੀਨੈਂਸ ਜਾਰੀ ਕੀਤਾ ਤੇ ਭਾਵਾਂ ਮੈਂਬਰ ਤਾਂ ਉਹ ਮੇਰੇ ਖਿਆਲ ਕਾਂਗਰਸ ਦਾ ਸੀਗਾ ਉਹ ਅਸੈਂਬਲੀ 'ਚ ਬੋਲਿਆ ਨਾ ਖੁੱਲ੍ਹ ਕੇ ਅਤੇ ਅਸੀਂ ਤਾਂ ਇਹ ਰਾਏ ਬਣਾਉਣੀ ਆ ਵੀ ਸਾਡੇ ਨਾਲ ਧੱਕਾ ਹੋਇਆ ਸੀ ਘੱਟ ਗਿਣਤੀ ਹਾਂ ਅਤੇ ਸਾਡੇ ਨਾਲ ਬਿਲਕੁਲ ਹੀ ਧੱਕਾ ਕੀਤਾ ਇਹਨਾਂ ਨੇ ਔਰ ਇਸ ਕਰਕੇ ਅਸੀਂ ਸਾਰਿਆਂ ਨੂੰ ਮਿਲਾਂਗੇ ਅਤੇ ਮੈਨੂੰ ਆਸ ਆ ਕਿਉਂਕਿ ਲੋਕ ਜਿਹੜੇ ਆ ਘੱਟ ਗਿਣਤੀਆਂ ਦੀ ਗੱਲ ਸੁਣਦੇ ਵੀ ਅਤੇ ਖਾਸ ਕਰਕੇ ਸਿੱਖਾਂ ਦੀ ਪਰ ਉਹ ਆਪਾਂ ਅਸੀਂ ਯਤਨ ਹੀ ਕਰ ਸਕਦੇ ਉਹ ਯਤਨ ਅਸੀਂ ਆਪਣੇ ਤੌਰ 'ਤੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੋਮਣੀ ਕਮੇਟੀ ਨਾਲ ਇਹਦਾ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ? ਹਾਂਜੀ ਮੁੱਖ ਦੋਸ਼ੀ ਕੌਣ ਹੈ ਜੀ ਇਸ ਧੱਕੇ ਦੇ ਪਿੱਛੇ? ਇਹ ਧੱਕੇ ਦੇ ਪਿੱਛੇ ਸਾਰਾ ਸਰਕਾਰ ਰਿਹਾ ਸਰਕਾਰ ਮੈਂ ਤੁਹਾਨੂੰ ਦੱਸਦਾ ਮਤਾ ਪੜਿਆ ਸੀ ਪਹਿਲਾਂ ਪਹਿਲਾਂ ਬੀਜ ਬੀਜਿਆ ਬੀਜੇਪੀ ਨੇ ਕਾਂਗਰਸ ਨੇ ਉਸ ਬੀਜ ਨੂੰ ਪਾਣੀ ਪਾਇਆ ਬੀਜੇਪੀ ਦੀ ਹਰਿਆਣਾ ਸਰਕਾਰ ਨੇ ਉਹਨੂੰ ਪਾਇਆ ਆਪ ਦੀ ਸਰਕਾਰ ਹਰਿਆਣਾ ਪੰਜਾਬ ਦੀ ਨੇ ਔਰ ਪੰਜਾਬ ਦੀ ਸਰਕਾਰ 'ਤੇ ਸਾਨੂੰ ਵੱਧ ਗੁੱਸਾ ਵੀ ਜੇ ਇਹ ਐਕਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਹ ਵੀ ਕਹਿ ਰਹੇ ਆ ਜੀ ਇਹ ਬਣਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਗਾ ਉਹਨਾਂ 'ਤੇ ਵੀ ਸਾਨੂੰ ਇਤਰਾਜ਼ ਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਇੰਦੌਰ ਟੈਸਟ ਵਿੱਚ ਆਸਟ੍ਰੇਲੀਆਈ ਟੀਮ ਦੇ ਹੱਥੋਂ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀ ਟੀਮ ਨੇ 3 ਦਿਨਾਂ ਦੇ ਵਿੱਚ ਮੈਚ ਸਮਾਪਤ ਕਰ ਲਿਆ ਅਤੇ 3 ਦਿਨ ਦੀ ਖੇਡ ਦੇ ਵਿੱਚ ਟ੍ਰੈਵਿਸ ਹੈੱਡ ਅਤੇ ਮਾਰਨਸ ਲਾਬੂਸ਼ੇਨ ਨੇ ਕੰਗਾਰੂ ਟੀਮ ਲਈ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਵਾਈ ਹੈ। 3 ਟੈਸਟ ਮੈਚ ਦੇ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਰੋਹਿਤ ਸ਼ਰਮਾ ਨੇ ਹਾਰ ਦਾ ਦੋਸ਼ ਟੀਮ ਦੇ ਖਿਡਾਰੀਆਂ 'ਤੇ ਮੜਿਆ। ਜਿਣਸੀ ਸ਼ੋਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ 40 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਫਿਰ ਸੁਨਾਰੀਆ ਜੇਲ੍ਹ ਪਰਤਿਆ। ਉਹ ਪੈਰੋਲ ਦੇ ਉੱਤੇ ਜੇਲ੍ਹ ਤੋਂ ਰਿਹਾ ਹੋਇਆ ਸੀ। ਉਹ ਬਾਗਪਤ ਦੇ ਵਿੱਚ ਪੈਰੋਲ ਪੂਰੀ ਕਰ ਚੁੱਕਿਆ। ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਚੌਕਸ ਹੋ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਨਕੁਰ ਖਬਰਾਂ ਲੈ ਕੇ ਦੋਸਤੋ ਕੱਲ੍ਹ ਨੂੰ ਅਸੀਂ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਧੰਨਵਾਦ।